ਕੁਰਸੂ ਚੱਟੀ ਹੈ ਦੁੱਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹੋ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹਾਂ ਭੋਲਾ ਵੈਦ ਨ ਜਾਣੀ ਕਰਕ ਕਲੇਜੇ ਮਾਹੇ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹਾਂ ਭੋਲਾ ਵੈਦ ਨ ਜਾਣੀ ਕਰਕ ਕਲੇਜੇ ਮਾਹੇ ਮਹੱਲਾ ਦੂਜਾ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ ਐਸਾ ਦਾਰੂ ਲੋੜ ਲਹੋ ਜਿਤ ਵੰਜੈ ਰੋਗਾਂ ਕਾਣ ਜਿਤ ਦਾਰੂ ਰੋਗ ਉੱਠਿਆ ਹੈ ਤਨ ਸੁਖ ਵਸੈ ਆਏ ਰੋਗ ਗਵਾਏ ਹੈ ਆਪਣਾ ਤਾਂ ਨਾਨਕ ਵੈਦ ਸਦਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਟਲ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰਿਆਈ ਗੱਦੀ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹਾਜ਼ਰੀਆਂ ਲਵਾ ਰਹੇ ਗੁਰੂ ਸਵਾਰੇ ਖਾਲਸਾ ਜੀਓ ਆਪ ਜੀ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਹਾਨ ਪਵਿੱਤਰ ਅਸਥਾਨ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰ ਹੋ ਕੇ ਸਤਿਗੁਰਾਂ ਦੀ ਪਾਵਨ ਇਲਾਹੀ ਗੁਰਬਾਣੀ ਦੀ ਸ਼ਬਦ ਵਿਚਾਰ ਕਥਾ ਨਾਲ ਜੁੜਨ ਦੇ ਲਈ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹੋ। ਅੱਜ ਦਾ ਜੋ ਪਾਵਨ ਸ਼ਬਦ ਗੁਰੂ ਜੀ ਨੇ ਸਾਨੂੰ ਵਿਚਾਰਨ ਲਈ ਦਿੱਤਾ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1279 ਅੰਗ ਦੇ ਉੱਤੇ ਸੁਭਾਇਮਾਨ ਹੈ। ਬਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ, ਇਹ ਇਸ ਪਾਵਨ ਬਾਣੀ ਦੀ ਹੈਡਿੰਗ ਹੈ, ਇਹਦਾ ਨਾਮ ਹੈ, ਇਹਦੀ ਸੰਗਿਆ ਹੈ, ਇਹਦਾ ਪਹਿਚਾਣ ਹੈ ਇਸ ਦੀ। ਜਾਂ ਸੌਖੇ ਸ਼ਬਦਾਂ 'ਚ ਕਹਿ ਲਈਏ ਵਾਰ ਮਲਾਰ ਕੀ, ਮਲਾਰ ਰਾਗ ਦੀ ਜਿਹੜੀ ਵਾਰ ਹੈ ਇਸ ਦੇ ਦੋ ਪੌੜੀਆਂ ਜਾਂ ਦੋ ਬੰਦ ਹੋ ਚੁੱਕੇ ਹੈ। ਤੀਜੀ ਪੌੜੀ ਦੇ ਪਹਿਲੇ ਸ਼ਲੋਕ ਤੋਂ ਆਰੰਭ ਕਰਦੇ ਹਾਂ। ਸਲੋਕ ਮਹੱਲਾ ਪਹਿਲਾ, ਇਹ ਜਿਹੜਾ ਸਲੋਕ ਹੈ ਇਹ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਹੈ। ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹਾਂ, ਵੈਦ ਬੁਲਾਇਆ ਵੈਦਗੀ, ਇਹ ਉਸ ਸਮੇਂ ਦੀ ਘਟਨਾ ਨਾਲ ਸੰਬੰਧਿਤ ਸ਼ਬਦ ਹੈ। ਠੀਕ ਹੈ, ਇਹ ਕਿਸੇ ਵੈਦ ਦੇ ਪ੍ਰਥਾਏ ਸ਼ਬਦ ਉਚਾਰਨ ਕੀਤਾ ਗਿਆ, ਪਰ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਕਿਸੇ ਦੇਸ਼ ਦਾ ਮੁਹਤਾਜ ਨਹੀਂ ਹੁੰਦਾ ਜਾਂ ਕਾਲ ਸਮੇਂ ਦਾ ਮੁਹਤਾਜ ਨਹੀਂ ਹੁੰਦਾ ਵੀ ਇਹ ਤਾਂ ਸ਼ਬਦ ਜੀ ਰਾਏ ਭੋਏ ਦੀ ਤਲਵੰਡੀ 'ਚ ਉਚਾਰਨ ਕੀਤਾ ਸੀ, ਇਹ ਸ਼ਬਦ ਦੀ ਉਨੀ ਕੇ ਤਾਕਤ ਸੀ, ਉਨ ਨਾ ਐਸਾ ਵੀ ਨਹੀਂ।
ਇਹ ਸ਼ਬਦ ਉਸ ਸਮੇਂ ਦਾ ਮੁਹਤਾਜ ਵੀ ਨਹੀਂ ਕਿ ਉਦੋਂ ਉਚਾਰਨ ਕੀਤਾ ਸੀ, ਲੰਘ ਗਿਆ ਸਮਾਂ ਅਤੇ ਹੁਣ ਇਹਦੀ ਕੀ ਵੈਲਿਊ ਰਹਿ ਗਈ, ਐਸਾ ਵੀ ਨਹੀਂ। ਗੁਰੂ ਦਾ ਜਿਹੜਾ ਸ਼ਬਦ ਹੈ ਦੇਸ਼ ਕਾਲ ਤੋਂ ਪਾਰ ਹੈ, ਪ੍ਰਥਾਏ ਕਿਸੇ 'ਤੇ ਬੋਲਿਆ ਗਿਆ, ਪਰ ਉਹ ਕੁੱਲ ਦੁਨੀਆ ਦਾ ਭਲਾ ਕਰਦਾ ਹੈ। ਬਾਣੀ ਵਿੱਚ ਉਪਦੇਸ਼ ਹੁਕਮ ਆਉਂਦਾ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਸਾਰੇ ਮਨੁੱਖਤਾ ਦੇ ਭਲੇ ਦੇ ਲਈ। ਇਸ ਦੇ ਪਿੱਛੇ ਜੋ ਇਤਿਹਾਸਕ ਘਟਨਾ ਇਹ ਦੱਸੀ ਜਾਂਦੀ ਹੈ ਵਿਦਵਾਨਾਂ ਦੇ ਵੱਲੋਂ, ਪੁਰਾਤਨ ਕਵੀ ਸੰਤੋਖ ਸਿੰਘ ਹੋਣਾ ਵੀ ਇਸ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜੇ ਰਾਏ ਭੋਏ ਦੀ ਤਲਵੰਡੀ ਵਿੱਚ ਹੀ ਸਨ। ਇਸ ਤਰ੍ਹਾਂ ਦੀ ਦਸ਼ਾ ਹੋਈ ਇੱਕ ਵਾਰ ਕਿ ਕਿਸੇ ਨਾਲ ਬਹੁਤਾ ਬੋਲਣਾ ਨਾ, ਗੱਲਾਂ ਬਾਤਾਂ ਜੀਆਂ ਨਾ ਮਾਰਨੀਆਂ, ਦੁਨੀਆ ਨੂੰ ਲੱਗਦਾ ਹੈ ਉਹੀ ਠੀਕ ਹੈ ਜਿਹੜਾ ਦੁਨੀਆ ਨਾਲ ਬਹੁਤਾ ਗੱਲਾਂ ਜੀਆਂ ਮਾਰੇ, ਪਰ ਗੁਰਮਤ ਦਾ ਇਹ ਅਸੂਲ ਨਹੀਂ ਹੈ। ਗੁਰਮਤ ਦਾ ਅਸੂਲ ਹੈ ਕਿ ਕਿਸੇ ਨਾਲ ਬੋਲਣਾ ਵੀ ਅਤੇ ਇੰਨਾ ਕੁ ਬੋਲੋ ਜਿਹੜਾ ਬਹੁਤ ਲੋੜੀਂਦਾ ਬਹੁਤ ਜ਼ਰੂਰੀ ਹੈ। ਬੇਵਜ੍ਹਾ ਬੋਲੀ ਜਾਣਾ ਅਤੇ ਗੁਰਬਾਣੀ ਨੇ ਆਖਿਆ ਬਹੁਤਾ ਬੋਲਣ ਝੱਖਣ ਹੋਏ। ਜਦੋਂ ਜ਼ਿਆਦਾ ਬੋਲੋਂਗੇ ਕਿਸੇ ਨੂੰ, ਜ਼ਿਆਦਾ ਮਿਲੋਂਗੇ ਕਿਸੇ ਨੂੰ, ਜ਼ਿਆਦਾ ਕਿਸੇ ਕੋਲ ਬੈਠੋਂਗੇ ਅਤੇ ਕੋਈ ਨਾ ਕੋਈ ਐਸਾ ਸ਼ਬਦ ਨਿਕਲ ਜਾਏਗਾ ਜਿਹੜਾ ਤੁਹਾਡੇ 50 ਮਿੱਠੇ ਸ਼ਬਦਾਂ 'ਤੇ ਪੋਚਾ ਫੇਰ ਕੇ ਕੌੜਾ ਸ਼ਬਦ ਨਿਕਲ ਜਾਏਗਾ। ਅਤੇ ਲੋਕ ਚੰਗੀਆਂ ਗੱਲਾਂ ਨੂੰ ਘੱਟ ਨੋਟ ਕਰਦੇ ਹੈ, ਕੋਈ ਇੱਕ ਗੱਲ ਥੋੜ੍ਹੀ ਜਿਹੀ ਕਿਤੇ ਨਿਕਲ ਜਾਏ ਉਹਨੂੰ ਚੁੱਕ ਕੇ ਫਿਰ ਉਹਦਾ ਜ਼ਿਆਦਾ ਬੰਨ ਨੂੰ ਬੰਨਦੇ ਹੈ। ਅਤੇ ਉਸ ਤਰੀਕੇ ਫਿਰ ਇਹਦੇ ਨਾਲੋਂ ਚੰਗਾ ਤਾਂ ਇਹ ਹੈ ਕਿ ਲੋੜ ਅਨੁਸਾਰ ਬੋਲਿਆ ਜਾਏ। ਇਹ ਤਾਂ ਇੱਕ ਨੀਤੀ ਪੱਖ ਹੈ ਜਿਹੜਾ ਮੈਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਵੀ ਲੋਕਾਂ ਦੇ ਕੋਲ ਤਾਂ ਘੱਟ ਬੋਲੋ, ਇਹ ਨੀਤੀ ਹੈ। ਪਰ ਨੀਤੀ ਤੋਂ ਬਿਨਾਂ ਵੀ ਆਤਮਿਕ ਜੀਵਨ ਦੇ ਲਈ ਵੀ ਜੇ ਗੱਲ ਕਰੀਏ, ਸਾਨੂੰ ਪਤਾ ਹੋਣਾ ਚਾਹੀਦਾ ਨਾ ਵੀ ਕਿਹੜੀ ਗੱਲ ਨੀਤੀ ਦੀ ਔਰ ਕਿਹੜੀ ਆਤਮਿਕ ਜੀਵਨ ਦੀ ਹੈ। ਅਗਰ ਆਤਮਿਕ ਜੀਵਨ ਦੇ ਤੌਰ 'ਤੇ ਵੇਖਿਆ ਜਾਏ ਤਾਂ ਇਸ ਜਿਹੜੀ ਅਸੀਂ ਸ਼ਬਦ ਬੋਲਦੇ ਹਾਂ, ਜਦੋਂ ਅਸੀਂ ਸਮਾਂ ਬਿਤਾਉਂਦੇ ਹਾਂ, ਇਹ ਸਾਡੀ ਪੂੰਜੀ ਸਾਡੇ ਸਰਮਾਏ 'ਚ ਘਾਟਾ ਪੈਂਦਾ ਹੈ। ਇੱਕ ਵੀ ਸ਼ਬਦ ਬੋਲਿਆ ਹੋਇਆ ਦੂਰ ਤੱਕ ਚਲਾ ਜਾਂਦਾ, ਔਰ ਇੱਕ ਵੀ ਸ਼ਬਦ ਜਦ ਤੁਸੀਂ ਬੋਲਦੇ ਹੋ ਅਤੇ ਤੁਹਾਡੇ ਅੰਦਰੋਂ ਕੁਝ ਨਾ ਕੁਝ ਜਾਂਦਾ ਹੈ। ਇੱਕ ਬੜੇ ਬਜ਼ੁਰਗ ਵਿਦਵਾਨ, ਉਹਨਾਂ ਦੇ ਮੈਨੂੰ ਬੋਲ ਯਾਦ ਹਨ, ਉਹ ਆਪਣੇ ਵਿਦਿਆਰਥੀਆਂ ਨੂੰ ਕਹਿੰਦੇ ਸੀ ਭਾਈ ਬੋਲੋ ਸੁਣਾਓ ਕੁਝ, ਅਤੇ ਵਿਦਿਆਰਥੀ ਕਹਿੰਦੇ ਜੀ ਮਹਾਂਪੁਰਸ਼ੋ ਅਸੀਂ ਤਾਂ ਤੁਹਾਡੇ ਸ਼ਾਗਿਰਦ ਹਾਂ, ਤੁਹਾਡੇ ਤੋਂ ਸਿੱਖਣਾ ਕੁਝ। ਭਾਈ ਅਸੀਂ ਉਹਨਾਂ ਅੱਗੋਂ ਕਹਿਣਾ ਭਾਈ ਤੁਸੀਂ ਸੁਣਾਓ ਕੁਝ ਜੀ, ਕਿਉਂ ਇਹ ਕੀ ਭਾਈ ਜੇ ਬੋਲੀਏ ਤਾਂ ਬੋਲੀਏ ਕੁਝ ਪੱਲੋਂ ਜਾਂਦਾ ਹੈ, ਜੇ ਸੁਣੀ ਜਾਈਏ ਜਾਣਾ ਨਹੀਂ ਕੁਝ ਆਉਂਦਾ ਹੀ ਹੈ, ਕੁਝ ਨਾ ਕੁਝ ਸਿੱਖਣ ਨੂੰ ਮਿਲਦਾ, ਇਹ ਵੀ ਇੱਕ ਫਰਕ ਹੈ। ਤੀਜਾ, ਜਦੋਂ ਬੇਵਜ੍ਹਾ ਬੋਲਾਂਗੇ ਬੋਲ ਬੋਲ ਕੇ ਲੋਕ ਥੱਕ ਜਾਂਦੇ ਆ, ਫਿਰ ਉਹਨਾਂ ਨੂੰ ਉਹਨਾਂ ਦਾ ਬਾਣੀ 'ਚ ਚਿੱਤ ਨਹੀਂ ਲੱਗਦਾ, ਸਿਮਰਨ 'ਚ ਚਿੱਤ ਨਹੀਂ ਲੱਗਦਾ, ਇੰਨਾ ਥੱਕਿਆ ਹੁੰਦਾ ਬੈਠਦੇ ਹੀ ਬੈਠੇ ਬੈਠੇ ਨੂੰ ਨੀਂਦ ਆਉਣ ਲੱਗ ਜਾਂਦੀ ਹੈ। ਇਸ ਲਈ ਇਹ ਤਾਕਤ ਹੈ ਸਾਡੀ ਅੰਦਰ ਦੀ, ਸਰੀਰ ਦੀ, ਬੋਡੀ ਦੀ, ਉਹਨੂੰ ਵੀ ਬਚਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਉਹੀ ਤਾਕਤ ਸਿਮਰਨ ਵਿੱਚ ਲਾਈ ਜਾ ਸਕੇ। ਪਰ ਦੁਨੀਆ ਦੇ ਵਿੱਚ ਇਹ ਤਾਂ ਬਿਲਕੁਲ ਉਲਟ ਚੱਲੀਦਾ ਹੈ, ਦੁਨੀਆ ਵਾਲੇ ਇਸ ਤਰ੍ਹਾਂ ਕਰਦੇ ਹਨ, ਬੇਵਜ੍ਹਾ ਬੋਲਦੇ ਹਨ, ਬੇਵਜ੍ਹਾ ਗੱਲਾਂ ਕਰਦੇ ਹਨ, ਕਿਸੇ ਵੀ ਗੱਲ ਦਾ ਕੋਈ ਮਤਲਬ ਨਾ ਹੋਵੇ ਉਦਾਂ ਹੀ ਗੱਲਾਂ ਕਰੀ ਜਾਣਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਡੇ ਲਈ ਇੱਕ ਮਾਰਗ ਹੈ। ਗੁਰੂ ਨਾਨਕ ਦੇਵ ਜੀ ਨੇ ਨਾ ਕਿਸੇ ਨਾਲ ਬਹੁਤਾ ਬੋਲਣਾ, ਨਾ ਗੱਲਾਂ ਬਾਤਾਂ ਕਰਨੀਆਂ। ਆਂਢ ਗੁਆਂਢ ਦੇ ਲੋਕ ਉਹਨਾਂ ਨੂੰ ਤਾਂ ਇਸ ਗੱਲ ਦੀ ਬੜੀ ਔਖ ਜੀ ਮਹਿਸੂਸ ਹੋਈ ਵੀ ਇਹ ਕੀ ਗੱਲ ਹੋਈ, ਸਾਡੇ ਬੱਚਿਆਂ ਨਾਲ ਨਹੀਂ ਮਿਲਦੇ, ਸਾਡੇ ਨਾਲ ਨਹੀਂ ਮਿਲਦੇ, ਸਾਨੂੰ ਗੱਲਾਂ ਬਾਤਾਂ ਨਹੀਂ ਕਰਦੇ, ਆਉਂਦੇ ਨਹੀਂ। ਅਤੇ ਉਹਨਾਂ ਨੇ ਫਿਰ ਗੁਰੂ ਜੀ ਦੇ ਪਿਤਾ ਜੀ ਨੂੰ ਆਖਣਾ ਸ਼ੁਰੂ ਕਰ ਦਿੱਤਾ, ਹੋ ਸਕਦਾ ਤੁਹਾਡੇ ਬੱਚੇ ਨੂੰ ਕੋਈ ਢਿੱਲ ਮੱਠ ਨਾ ਹੋਵੇ। ਉਹਨਾਂ ਉਸ ਵੇਲੇ ਫਿਰ ਆਲੇ ਦੁਆਲੇ ਸਾਕ ਸੰਬੰਧੀਆਂ ਦੀ ਗੱਲ ਮੰਨ ਕੇ ਇੱਕ ਵੈਦ ਬੁਲਾਇਆ, ਜੋ ਬੜਾ ਸਿਆਣਾ ਵੈਦ ਸੀ, ਇਲਾਕੇ ਦੇ ਵਿੱਚ ਮੰਨਿਆ ਹੋਇਆ ਵੈਦ ਸੀ, ਜਿਹਦਾ ਨਾਮ
हरदास हरिदास जिन्हों असी अगर हिंदी संस्कृत च बोलना हो हरदास या हरिदास वैद सी वो आया वैद सी जिथे उत्थे उहदे अंदर कोई अंदर दी भी चिणग सी पिछली लगी हुई अंदर दी खेड दा भी इच्छुक सी तालिब सी। जो गुरु नानक देव जी को आया आके गुरु नानक साहब जी की बाँह फड़ के उन्हें नब्ज चेक करनी चाही क्यों पुराने समयां दे विच जिहड़े वैद हुंदे सन वो नब्ज देख के रोग पहचान दे कि वाए पित कफ इहदे चो किहड़ा बेतरतीबा होया है उस तरीके दी फिर वह दवा दारू दे दिया करते सन। उन्हें जो गुरु नानक साहब महाराज के कोल आया तो बांह फड़ के जो इदा चेक करन लगा गुरु नानक जी ने अपनी बांह खिंच ली बांह छुड़वा ली तो उन्हें आख्या जी बांह का तो छुड़वाई गुरु जी कहिंदे भी वैद जी तू कौन है की करना है। उन्हें आख्या जी मैं वैद हाँ मैं नब्ज़ फड़ के नब्ज़ तो बीमारी लभ लैना तो बीमारी दस देना की है। गुरु नानक जी मुस्कुराए तो मुस्कुराए जिस वेले कहिंदे वैद तो चंग ठीक है दे पर तू तो आप बड़ा बीमारियों का घेरिया पे है। कहिंदा जी ऐसी किहड़ी बीमारी मैनू तो एक भी नहीं लगती। फिर गुरु नानक जी ने इत्थे फिर शब्द जिहड़ा आउंदा है वह शब्द उच्चारण किया वैद बुलाया वैदगी वैद आ गया बुला लिया अपना काम करने दे लई वैदगी उहदा काम है वैदपना किरिया है उहदी ते वैदगी करने दे लई आया दवाई देने दे लई आया पाकड़ टंडोले बांह फड़ के टंडोलदा ऐ नब्ज़ नूं इदां देखदा भोला वैद न जाणई करक कलेजे माहे। इत्थे थोड़ा जिहा भी ध्यान रखना है पहली पंक्ति विच पकड़ टंडोले बांह बब्बे कन्ना उत्ते विंदी हाहा हाहा मुक्ता बांह शब्द है। अगली पंक्ति च करक कलेजे माहे हाहे नुशियारी है ये तां दस्या कई बार असी ना जदों किते वेग विच पढ़दे आईए तो फिर उतली पंक्ति दे हिसाब नाल थलड़ी पढ़ जाने तो मात्रा छड़ जाने बांह ते मां कर जाने माहे अंदर दा वाचक है रहो विचार। गुरु जी कहिंदे भोला वैद ना जाणीए जिहड़ा भोला वैद है इहनू कुछ नहीं पता करक कलेजे माहे इहनू ये नहीं पता भी जिहड़ी ये साड़ी पीड़ है करक है जिहड़ी चीस है ये अंदर ली है कालजे दे विच पैंदी है हिरदे च पैंदी है आ बाहां फड़ के ये पीड़ समझ नहीं जे आनी क्योंकि लागी होए सो जाने पीर राम भगत अणियाले तीर ये पीड़ ते अंदर ली है इत्ते रब दी भगती दे अणियाले तीर ऐसे तिखे तीर है जद जाके बज जाते अणियाले तीर की होंगे जिन्हां च अणियां लगियां होण अणियां वाले उन्हां नूं जदों मारीए बजते सहजे जाते जे पुट्टीए तो विचों मास कढ लैंदे विचों ऐ तिखे होंगे वी शेप होंगे वह अपने काने दे नाल जुड़े हुए जिदा सामने सीधे तिखे चले जाते पर पुट्टियां तो पिछों फिर चुभदे आ इस तरीके दे महाराज कहिंदे इस तरीके ये जिहड़ी अंदरली पीड़ा है इस वैद नूं समझ नहीं आउंदी फिर वैद गुरु नानक साहब दे अगे डिग्गिया चुकिया और उन्हें सचमुच इस गल नूं कबूल भी किया। चंगे बंदे हुंदे जिहड़े जिन्हां दे अंदर कोई जग्यासा हुंदी है वो बिल्कुल खोजी बंदे हुंदे जिहड़े वो इन्ने हल्के कह लो अंदरों होए हुंदे उन्हां नूं अपने लोभ दा अपनी माण दा अपनी वड्याई दा रत्ता भर भी अहंकार नहीं हुंदा उन्हां नूं लगदा भी इत्थे कोई वस्तु है उत्थे फिर भांडा अपना रख दिंदे सामने खोल के। उन्हें आख्या जी बिल्कुल तुहाडी गल ए जायज़ है तुहाडी गल नाल मैं
शत प्रतिशत सहमत हाँ सच है यह कि मैं सिर्फ बाहां फड़ के बाहरले रोगों का जाणू हाँ। जिहड़े रोगों का तुसी जिक्र किया ये रोग दी मेरे को दवाई ने, अगर गौर नाल मैं अपने आप नूं वेखां तो ये जिहड़े अंदरले रोग ने काम क्रोध लोभ मोह अहंकार, इन्हां रोगों का तो मैं आप बीमार हाँ मरीज़ हाँ। तो महाराज सच्चे पातशाह तो जिहड़ी तुसी गल दसी कि अंदरली कड़क दी अंदरली पीड़ा दी हिजर दी, तो वह हिजर हजे मेरे अंदर पैदा नहीं होया, मेरे अंदर वो विछोड़े का दर्द हजे पैदा नहीं होया, कृपा करके मैनू उपदेश बख्शो। फिर गुरु साहब तो उपदेश उन्हें बड़ा प्यारा उपदेश लिया, रायपुर की तलवंडी की साखी है। इस तरीके गुरु नानक देव महाराज इत्थे समझाते हैं कि जिहड़े वारी वैद हैं ये वारलियां बीमारियां दे इलाज लभ सकदे, पर एक अंदर दर्द है, एक अंदरली पीड़ा है, वो पीड़ा है परमेश्वर तो विछड़ जाण दी, वो दुख है वो तो टुट जाण दा, वो दिल दे विच है, वो दा इलाज केवल गुरु वैद कोल है। दुनिया का कोई वैद अंदरले दा इलाज नहीं जे कर सकता। महला दूजा, वैदा वैद सवैद तू पहला रोग पछाण, उस भाव का शब्द दूजे पातशाह सतगुरु गुरु अंगद देव साहब जी के जीवन में आता है। इस तरह की साखी भी मिलती, मैं पढ़ी है तां करके सुना रहा, क्यों भी एक बार इस तरीके बड़े बैराग जी दे विच आए, किसी नाल बोलन ना बिल्कुल चुप। गुरु जी के पिता बाबा तेज भान जी सन, उन्होंने एक वैद नूं, वैद सी बड़ा प्यारा उन्हां दा, उन्हूं सद्या ते उन्हूं आख्या कहिंदे इन्हां दे नाल गलबात करो, ये बोलदे नहीं किसी नाल, चुप कीते रहिंदे अंदरे बैठे रहिंदे। जदों गुरु जी कोल आया तो गुरु जी ने फिर उन्हूं आख्या कि वैद साडे अंदर कोई आ बाहरी रोग नहीं है ना, शरीर नूं रोग नहीं, साडा शरीर बिल्कुल ठीक है, असी इस तरह का कोई निजम कुदरत का जिहड़ा बनाया होया तोड़दे ही नहीं जिहदे नाल शरीर रोगी होवे, निजमां विच रहिए तो शरीर बिल्कुल सदा रहे कंचन सी काया सोने वर्गी रहिंदी है। दुख आउण दा शरीर दे रोगी होण दा कारण यह है किते ना किते असी कोई निजम भंग कीता, याद रख लिओ हमेशा। तो गुरु महाराज गुरु अंगद देव साहिब ने फिर उत्थे इस भाव का श्लोक उच्चारण किया, आख्या उही गल है जो गुरु नानक साहब ने हरिदास नूं दसी सी कि वैदा वैद सवैद तू पहला रोग पछाण। वैदा वैद तो है ही, सवैद तू श्रेष्ठ वैद तां गिणिया जाए, चंगा वैद तां होवें, अज दे टाइम डॉक्टर कह लैंदे आ गल उही है, तो कहिंदे पहला रोग पछाण, जे तू पहला रोग नूं देख लवें भी रोग की है, इदां ही ना भी अपनियां पुड़ियां वेचड़ियां ने लोकां नूं ना 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 देख तां गल की है। ऐसा दारू लोड़ लहो जित वंजै रोगां कान, महाराज कहिंदे कोई अही जी दवाई है जिहदे करके मुड़ रोग ना लगे, रोगां दा घाणे हो जाए, रोग लगने ना, रोग लगते कितने है, रोग लगते शरीर नूं है, भी यही जी कोई तेरे कोल दवा है, इस तरह की बूटी है, इस तरह की कोई दारू है तेरे कोल जिहदे नाल आ जिस शरीर नूं रोग लगते जिहड़ा दुख सुख दे भोगण दा स्थान है ये तो छुटकारा हो जाए। आ शरीर है जिहड़ा दुख सुख भोगण दा थां है, सुख भी भोगदा दुख भी भोगदा, कई दुख आप सहेड़े होंदे आ, कई कर्म रोग होंदे साध संगत, कई पिछे खानदाना जो चले आउंदे, रोगां दी तां बहुत वड्डी फहरिश्त है, बहुत लम्मी लिस्ट है, इन्हां नूं समझणा कहड़ा सौखा है। तो महाराज जी कहण लगे कहिंदे ऐसा दारू लोड़ लहो जित वंजै रोगां कान, इस तरह की कोई दवाई देख लभ लै जिहदे नाल रोगां दा घाणे हो जाए, रोग मुड़ के लगे ही ना।
ਜਿਤ ਦਾਰੂ ਰੋਗ ਉੱਠਿਆ ਹੈ ਤਨ ਸੁਖ ਵਸਾਇਆ ਏ। ਜਿਤ ਦਾਰੂ ਰੋਗ ਉੱਠਿਆ ਹੈ ਠੱਠੇ ਨੁਸ਼ਹਿਰੀ ਹੈ। ਗੁਰੂ ਜੀ ਕਹਿੰਦੇ ਐਸੀ ਕੋਈ ਦਾਰੂ, ਇਸ ਤਰ੍ਹਾਂ ਦੀ ਕੋਈ ਦਵਾ ਹੈ ਤੇਰੇ ਕੋਲ ਜਿਹਦੇ ਨਾਲ ਰੋਗ ਉੱਠ ਕੇ ਹੀ ਚਲੇ ਜਾਣ, ਰੋਗ ਲੱਗੇ ਹੀ ਨਾ। ਜਿਤ ਦਾਰੂ ਰੋਗ ਉੱਠਿਆ ਹੈ ਤਨ ਸੁਖ ਵਸਾਇਆ ਏ। ਜਿਹਦੇ ਨਾਲ ਇਹ ਵੈਦ ਤਨ ਦੇ ਅੰਦਰ ਤੱਤਾ ਨੰਨੇ ਨੁਸ਼ਿਆਰੀ ਹੈ, ਤਨ ਦੇ ਵਿੱਚ ਰੋਗ ਵਸੇ ਹੀ ਨਾ, ਤਨ ਦੇ ਵਿੱਚ ਸੁੱਖ ਵਸੇ ਆਏ, ਆ ਕੇ ਅੰਦਰ ਉਹਦੇ ਵਿੱਚ ਸੁੱਖ ਵਸ ਜਾਏ ਸਰੀਰ ਦੇ ਅੰਦਰ। ਸਰੀਰ ਦੇ ਤਾਂ ਬਾਹਰ ਵੀ ਰੋਗ ਹੁੰਦੇ ਆ, ਫੋੜਾ ਫਿਣਸੀਆ ਜਿੰਨੀਆਂ ਵੀ ਬਿਮਾਰੀਆਂ ਨੇ ਬਾਹਰ ਵੀ ਹੁੰਦੀਆਂ, ਪਰ ਮਹਾਰਾਜ ਕਹਿੰਦੇ ਸਰੀਰ ਦੇ ਅੰਦਰ ਸੁੱਖ ਵਸੇ ਆਵੇ। ਜਾਣੀ ਜਿਹੜਾ ਇਹ ਤਨ ਹੈ, ਇਹ ਤਨ ਤਾਂ ਦੁੱਖ ਸੁੱਖ ਇਹਦੇ ਵਿੱਚ ਤਾਂ ਚੱਲੀ ਜਾਣੇ ਆ, ਇੱਕ ਅੰਦਰਲਾ ਤਨ ਹੈ ਜਿਹਨੂੰ ਸੂਖਸ਼ਮ ਸਰੀਰ ਕਹਿ ਦਿੰਦੇ, ਜਿਹੜਾ ਮਾਨਸਿਕ ਤੌਰ 'ਤੇ ਬੰਦਾ ਆਮ ਤੌਰ 'ਤੇ ਰੋਗੀ ਹੋਇਆ ਹੁੰਦਾ। ਮਨ ਦੇ ਬੜੇ ਰੋਗ ਹੈ ਬੰਦੇ ਨੂੰ, ਅਤੇ ਮਨੋਮਈ ਰੋਗਾਂ ਤੋਂ ਜਿਹਦਾ ਛੁਟਕਾਰਾ ਹੋਵੇ, ਇਸ ਤਰ੍ਹਾਂ ਦੀ ਕੋਈ ਦਵਾ ਹੈ, ਉਹ ਤਾਂ ਗੁਰੂ ਦਾ ਸ਼ਬਦ ਹੀ ਹੈ, ਗੁਰਬਾਣੀ ਹੈ ਜਦੋਂ ਜਿਹੜੀ ਬੰਦੇ ਨੂੰ ਅੰਦਰੋਂ ਸਟਰੋਂਗ ਕਰਦੀ ਹੈ। ਔਰ ਮੈਡੀਕਲ ਸਾਇੰਸ ਇਹ ਵੀ ਮੰਨਣ ਲੱਗ ਪਈ ਕਿ ਅਗਰ ਬੰਦਾ ਅੰਦਰੋਂ ਤਕੜਾ ਹੈ, ਅੰਦਰੋਂ ਸਟਰੋਂਗ ਹੈ, ਤਾਂ ਫਿਰ ਬਾਹਰੀ ਰੋਗ ਹੈ ਜਿਹੜੇ ਉਹ ਬਹੁਤ ਘੱਟ ਲੱਗਦੇ ਆ। ਜ਼ਿਆਦਾਤਰ ਰੋਗ ਉਦੋਂ ਲੱਗਦੇ ਜਦੋਂ ਮਨ ਰੋਗ ਨੂੰ ਕਬੂਲ ਲਏ। ਜ਼ਿਆਦਾਤਰ ਜਦੋਂ ਅੰਦਰੋਂ ਮਾਨਸਿਕ ਤੌਰ 'ਤੇ ਆਹ ਹੁਣ ਕਰੋਨਾ ਚੱਲਿਆ, ਇਹ ਸਾਡੇ ਇੱਥੇ ਅਨੰਦਪੁਰ ਸਾਹਿਬ ਡਾਕਟਰ ਹੈ ਬੜੇ ਸਿਆਣੇ, ਸਰਦਾਰ ਰਣਵੀਰ ਸਿੰਘ ਬੜੇ ਚੰਗੇ ਡਾਕਟਰ ਹੈ, ਸਾਡੇ ਪਿਆਰੇ ਮਿੱਤਰ ਵੀ ਇੱਕ ਤਰ੍ਹਾਂ ਦੇ ਬਣ ਗਏ ਕਿਉਂਕਿ ਕਈ ਵਾਰ ਮਿਲਦੇ ਰਹਿਣੇ ਗੁਰਸਿੱਖ ਹੋਣ ਕਰਕੇ। ਉਹਨਾਂ ਨੇ ਦੱਸਿਆ, ਕਹਿੰਦੇ ਜੀ ਜਦੋਂ ਦਾ ਲੋਕਾਂ ਨੂੰ ਪਤਾ ਲੱਗਿਆ ਨਾ ਵੀ ਇਹ ਕਰੋਨਾ ਹੈ, ਇਹਦੇ ਨਾਲ ਸਾਹ ਜਾ ਬੰਦੇ ਨੂੰ ਔਖਾ ਆਉਂਦਾ, ਕਹਿੰਦੇ ਵੀ 90-99% ਲੋਕਾਂ ਨੂੰ ਇਹ ਮਹਿਸੂਸ ਹੋ ਗਿਆ ਵੀ ਮੈਨੂੰ ਤਾਂ ਲੱਗ ਗਿਆ ਇਹ ਰੋਗ, ਘਬਰਾਹਟ ਹੁੰਦੀ। ਇੱਥੇ ਸਾਡੇ ਆ ਸਰ ਥੱਲੇ ਵੀ ਏਕਨੂਰ ਹੋਸਪਿਟਲ ਡਾਕਟਰ ਬੜੇ ਸਿਆਣੇ ਆ, ਉਹ ਵੀ ਬੜੇ ਚੰਗੇ ਆ। ਉਹਨਾਂ ਨੇ ਮੈਨੂੰ ਇਹੀ ਗੱਲ ਦੱਸੀ, ਕਹਿੰਦੇ ਜੀ ਜਦੋਂ ਦਾ ਇਹਦਾ ਹਊਆ ਜਿਹਾ ਬਣਾਇਆ ਨਾ, ਲੋਕ ਜੋ ਕੁਝ ਪੜ੍ਹਦੇ ਆ ਸੁਣਦੇ ਆ ਮੀਡੀਆ ਦੇ ਵਿੱਚ, ਅਤੇ ਉਹ ਉਦੋਂ ਦਾ ਕੀ ਹੈ ਕਿ ਲੋਕਾਂ ਨੂੰ ਸਾਰਿਆਂ ਨੂੰ ਇਉਂ ਲੱਗਦਾ ਵੀ ਅਸੀਂ ਬਿਮਾਰ ਹੋ ਗਏ, ਅਤੇ ਹੌਂਸਲਾ ਦੇ ਦੇ ਕੇ ਲੋਕ ਠੀਕ ਕੀਤੇ। ਮੈਂ ਕਿਹਾ ਇਹਦਾ ਮਤਲਬ ਤਾਂ ਇਹ ਹੋਇਆ ਵੀ ਕਰੋਨਾ ਕੀਤਾ ਵੀ ਲੋਕਾਂ ਨੂੰ ਮੀਡੀਆ ਨੇ ਸੀ, ਅਤੇ ਜਿੱਦਣ ਹਟਾਉਣਾ ਹੋਇਆ ਹਟਾਊਗਾ ਵੀ ਮੀਡੀਆ, ਚਾਹੇ ਤਾਂ ਅੱਜ ਰਾਤ ਨੂੰ 10 ਵਜੇ ਤੱਕ ਸਾਰੀ ਦੁਨੀਆ ਨੂੰ ਕਰੋਨਾ ਕਰ ਦੇ ਮੀਡੀਆ, ਚਾਰੇ ਪਾਸੇ ਆ ਗਿਆ ਹੋਏ, ਆ ਗਿਆ ਹੋਏ, ਆ ਗਿਆ ਹੋਏ, ਆ ਗਿਆ ਹੋਏ, ਤੀਜੇ ਚੌਥੇ ਦਿਨ ਗਿਆ ਹੋਏ, ਗਿਆ ਬਸ ਖਤਮ। ਇਹ ਮਾਨਸਿਕ ਦਸ਼ਾ ਹੋ ਗਈ। ਜੇ ਕੋਈ ਸਾਨੂੰ 5-7-10 ਬੰਦੇ ਕਹਿ ਦੇਣ ਲੈ ਵੀ ਬਿਮਾਰ ਤਾਂ ਤੂੰ ਹੋ ਗਿਆ, ਲੱਗਦਾ ਨਹੀਂ ਇਸ ਤਰ੍ਹਾਂ ਦਾ, ਢਿੱਲਾ ਜਿਹਾ ਹੋ ਗਿਆ, ਅਤੇ ਜ਼ਿਆਦਾਤਰ ਲੋਕ ਉਸ ਚੀਜ਼ ਨੂੰ ਮੰਨ ਲੈਂਦੇ ਆ। ਹਿਟਲਰ ਦੀ ਮੈਂ ਜੀਵਨੀ ਪੜ੍ਹ ਰਿਹਾ ਸੀ, ਉਹਦੇ ਵਿੱਚ ਉਹਨੇ ਗੱਲ ਬੜੀ ਕਮਾਲ ਦੀ ਲਿਖੀ। ਉਹ ਕਹਿੰਦਾ ਵੀ ਲੋਕ ਜ਼ਿਆਦਾਤਰ ਕਿਸੇ ਨੂੰ ਕੋਈ ਗੱਲ ਮਨਾਉਣੀ ਹੋਵੇ ਅਤੇ ਇੱਕੋ ਹੀ ਗੱਲ ਨੂੰ ਵਾਰ ਵਾਰ ਕਹੀ ਚੱਲੋ ਨਾ, ਇੱਕੋ ਹੀ ਗੱਲ ਨੂੰ ਵਾਰ ਵਾਰ, ਅਤੇ ਲੋਕ ਉਹ ਗੱਲ ਨੂੰ ਮੰਨ ਲੈਂਦੇ ਆ। ਝੂਠ ਵੀ ਲੋਕਾਂ 'ਚ ਇਸ ਗੱਲ ਕਰਕੇ ਮਕਬੂਲ ਹੋ ਜਾਂਦਾ ਕਿ ਉਹਦੇ ਮੰਨਣ ਵਾਲੇ ਜ਼ਿਆਦਾ ਹੁੰਦੇ ਆ। ਉਸੇ ਚੀਜ਼ ਨੂੰ ਲੈ ਕੇ ਹੁਣ ਤੁਸੀਂ ਵੇਖੋ ਆ ਜਿਹੜਾ ਐਡਵਰਟਾਈਜਮੈਂਟ ਦਾ ਕੰਮ ਚੱਲਿਆ ਸਦੀ ਦੇ ਵਿੱਚ, ਉਹ ਤਾਂ ਪਹਿਲਾਂ ਤੋਂ ਵੀ ਚੱਲਦਾ ਸੀ, ਪਰ ਜਿਹੜਾ ਇੰਨੇ ਯੋਵਨ 'ਤੇ ਆ ਕੰਪਨੀ ਆ, ਉਹਨੇ ਦੀ ਚੀਜ਼ ਨਹੀਂ, ਉਹਨੇ ਦਾ ਮਾਲ ਨਹੀਂ, ਉਦੋਂ ਦੁੱਗਣਾ ਜਾਂ ਤਿੱਗਣਾ ਬਜਟ ਐਡਵਰਟਾਈਜਮੈਂਟ ਦਾ ਰੱਖਦੇ ਆ, ਐਡਵਰਟਾਈਜਮੈਂਟ ਦਾ ਉਸ ਦਾ। ਕਿਉਂ? ਕਿਉਂਕਿ ਜਿਸ ਚੀਜ਼ ਦੀ ਲੋਕਾਂ ਨੂੰ ਐਡਵਾਈਸ ਦਿੱਤੀ ਜਾਏ ਬਿਨਾਂ ਮਤਲਬ, ਅਤੇ ਲੋਕ ਉਸ ਚੀਜ਼ ਨੂੰ ਲਗਭਗ ਉਹਨਾਂ ਦੇ ਸੂਖਸ਼ਮ ਰੂਪ ਦੇ ਵਿੱਚ ਉਹ ਚੀਜ਼ ਕਰ ਜਾਂਦੀ ਹੈ। ਇਹਨੂੰ 1950 ਦੇ ਵਿੱਚ ਇੱਕ ਬਹੁਤ ਗਹਿਰੀ ਖੋਜ ਹੋਈ ਸੀ ਜਿਹਦੇ ਉੱਤੇ ਪਾਬੰਦੀ ਲਾਈ ਗਈ ਸੀ ਵੀ ਇਹ ਕੰਮ ਹੋਣਾ ਨੇ। ਉਹ ਕੀ ਸੀ ਵੀ ਜਿਵੇਂ ਫਰਜ਼ ਕਰੋ ਕੋਈ ਚੀਜ਼ ਚੱਲ ਰਹੀ ਹੈ, TV ਚੱਲ ਰਿਹਾ, ਟੇਬਲ ਕਾਟ ਚੱਲ ਰਹੀ ਹੈ, ਜਾਂ ਕੋਈ ਤੁਸੀਂ ਨਾਟਕ ਦੇਖ ਰਹੇ ਹੋ, ਭਾਵੇਂ ਧਾਰਮਿਕ ਹੀ ਹੋਵੇ, ਰਮਾਇਣ ਹੀ ਹੋਵੇ, ਮਹਾਭਾਰਤ, ਉਹਦੇ ਵਿੱਚ ਇੱਕ ਉਹਨਾਂ ਨੇ ਉਹਦੇ ਵਿੱਚ ਜਿਹਨੂੰ ਅਸੀਂ ਮਸ਼ਹੂਰੀ ਕਹਿ ਦਿੰਦੇ ਹਾਂ, ਇੱਕ ਐਡਵਰਟਾਈਜਮੈਂਟ ਦੇਣੀ ਹੈ ਬਹੁਤ ਸੂਖਸ਼ਮ ਰੂਪ 'ਚ,
ਇੰਨੀ 'ਚ ਕਿ ਤੁਹਾਨੂੰ ਆ ਅੱਖਾਂ ਨਾਲ ਦਿਖੇ ਵੀ ਨਾ, ਜਾਣੀ ਕਹਿ ਲਓ ਕਿ ਇੱਕ ਸਕਿੰਟ ਦੇ ਦਸਵੇਂ ਹਿੱਸੇ ਵਿੱਚ ਦੀ ਉਹਦੇ ਵਿੱਚ ਦੀ ਲੰਘ ਜੇ ਹੋ, ਤੁਹਾਨੂੰ ਪਤਾ ਵੀ ਨਾ ਲੱਗੇ। ਪਰ ਉਹਦੇ ਵਿੱਚ ਜੋ ਕੁਝ ਕਿਹਾ ਗਿਆ, ਫਰਜ਼ ਕਰ ਲਓ ਉਹ ਬਹੁਤ ਬਰੀਕੀ ਦੇ ਵਿੱਚ ਦਿੱਤੀ ਜਾਏ, ਤੁਸੀਂ ਦੇਖੀ ਜਾਓ, ਤੁਹਾਨੂੰ ਪਤਾ ਵੀ ਨਾ ਹੋਵੇ, ਤੁਹਾਡੇ ਬਾਹਰਲੇ ਕੰਨਾਂ ਨਾਲ ਤੁਸੀਂ ਸੁਣੋ ਨਾ, ਅੱਖਾਂ ਨਾਲ ਦੇਖੋ ਨਾ, ਉਹਦੇ 'ਚ ਬਹੁਤ ਬਰੀਕੀ 'ਚ ਹੋਵੇ, ਉਹਦੇ 'ਚ ਇਹੀ ਲਿਖਿਆ ਹੋਵੇ ਕਿ ਫਲਾਣੇ ਨੂੰ ਵੋਟ ਪਾ ਦਿਓ। ਉਹ ਕਹਿੰਦੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਲੋਕ ਉਹਨੂੰ ਵੋਟ ਪਾ ਦੇਣਗੇ, 95% ਲੋਕ ਉਹ ਤੋਂ ਪ੍ਰਭਾਵਿਤ ਹੋ ਜਾਣਗੇ। ਇਸ ਕਰਕੇ ਇਸ ਚੀਜ਼ ਦੇ ਉੱਤੇ ਬੈਨ ਲਾਇਆ ਗਿਆ, ਇਹਦੇ ਨਾਲ ਤਾਂ ਤਖ਼ਤ ਪਲਟ ਦਿੱਤੇ ਜਾਣਗੇ, ਕੀ ਪਤਾ ਕਿਹੜਾ ਬੰਦਾ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਕਰ ਲਏ। ਇਸ ਚੀਜ਼ ਦਾ ਇੰਨਾ ਸੂਖਸ਼ਮ ਰੂਪ ਦੇ ਵਿੱਚ ਪ੍ਰਭਾਵ ਹੈ ਮਨ ਦੇ ਉੱਤੇ, ਜੋ ਕੁਝ ਅਸੀਂ ਦੇਖਦੇ ਹਾਂ, ਜੋ ਕੁਝ ਅਸੀਂ ਸੁਣਦੇ ਹਾਂ, ਜਿਹੋ ਜਿਹੇ ਲੋਕਾਂ 'ਚ ਅਸੀਂ ਰਹਿੰਦੇ ਹਾਂ, ਉਸ ਤਰ੍ਹਾਂ ਦੀ ਸਾਡੀ ਕਹਿ ਲਓ ਕਿ ਵਿਚਾਰਧਾਰਾ ਬਣਦੀ ਜਾਂਦੀ ਹੈ। ਅਤੇ ਜੇ ਬਚਣਾ ਹੋਵੇ ਤਾਂ ਆਪਣੇ ਆਪ ਨੂੰ ਕਠੋਰ ਰੱਖਣਾ ਪੈਂਦਾ। ਤੁਸੀਂ ਦੇਖੋਗੇ ਜ਼ਿਆਦਾਤਰ ਡਾਕਟਰ ਤੁਹਾਨੂੰ ਲੱਗਣਗੇ ਕਠੋਰ ਹੈ, ਉਹ ਉੱਦਾਂ ਹੀ ਹੱਡੀਆਂ ਨੂੰ ਹੱਥ ਲਾਈ ਜਾਣਗੇ, ਖੂਨ 'ਚ ਹੱਥ ਪਾਈ ਜਾਣਗੇ, ਸਭ ਕੁਝ। ਕਿਉਂ? ਜੇ ਉਹ ਆਪਣੇ ਆਲੇ ਦੁਆਲੇ ਉਹ ਪਰਤ ਨਾ ਚਾੜਨ ਉਹ ਕਠੋਰਤਾ ਦੀ, ਤੁਹਾਡੇ ਤੋਂ ਪਹਿਲਾਂ ਉਹ ਬਿਮਾਰ ਹੋ ਜਾਣਗੇ। ਉਹਨਾਂ ਨੂੰ ਰੱਖਣਾ ਪੈਂਦਾ ਆਪਣੇ ਆਲੇ ਦੁਆਲੇ ਦਾ ਇਸ ਤਰੀਕੇ ਦਾ। ਕਿਉਂ? ਤਾਂ ਕਿ ਉਹ ਉਸ ਮਾਹੌਲ 'ਚ ਜੀ ਸਕਣ, ਜਿੰਦਾ ਰਹਿ ਸਕਣ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਐ ਵੈਦ, ਵੈਦਾ ਵੈਦ ਸਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਝਿਆ ਰੋਗਾਂ ਕਾਣ। ਜਿਤ ਦਾਰੂ ਰੋਗ ਉੱਠਿਆ ਤਨ ਸੁਖ ਵਸਾਇਆ ਹੈ। ਕੋਈ ਇਸ ਤਰ੍ਹਾਂ ਦੀ ਦਵਾਈ ਹੈ ਤੇਰੇ ਕੋਲ ਜਿਹਦੇ ਨਾਲ ਰੋਗ ਲੱਗਣੇ ਨਾ, ਤਨ ਦੇ ਅੰਦਰ ਸੁੱਖ ਵਸ ਜਾਏ, ਜਾਣੀ ਮਨ ਦੇ ਵਿੱਚ। ਮਨ ਹੈ ਜਿਹੜਾ ਨੈਗੇਟਿਵਿਟੀ ਨੂੰ ਛੱਡ ਕੇ, ਨੈਗੇਟਿਵ ਤਰੰਗਾਂ ਨੂੰ ਛੱਡ ਕੇ ਪੋਜ਼ਿਟਿਵ, ਚੰਗੀਆਂ, ਗੁੱਡ ਥਿੰਕ ਵਾਲਾ ਹੋ ਜਾਏ, ਅੱਛੇ ਵਿਚਾਰਾਂ ਵਾਲਾ ਹੋ ਜਾਏ। ਕੋਈ ਇਸ ਤਰ੍ਹਾਂ ਦੀ ਦਵਾਈ ਹੈ? ਜਿਹੜਾ ਸਭ ਦਵਾਈ ਸਭ ਤੋਂ ਵੱਡੀਆਂ ਦਵਾਈਆਂ ਤੋਂ ਵੱਧ ਕੰਮ ਕਰਦਾ, ਕੋਈ ਇਸ ਤਰ੍ਹਾਂ ਦੀ ਤੇਰੇ ਕੋਲ ਹੈ ਵਿਚਾਰ ਜਿਹਦੇ ਨਾਲ ਰੋਗ ਨਾ ਲੱਗਣ ਔਰ ਅੰਦਰੋਂ ਅੰਦਰਲਾ ਸਟਰੋਂਗ ਹੋ ਜਾਏ, ਤਕੜਾ ਹੋ ਜਾਏ, ਤਾਕਤ ਵਾਲਾ ਹੋ ਜਾਏ? ਕੋਈ ਹੈ? ਜਿਤ ਦਾਰੂ ਰੋਗ ਉੱਠਿਆ ਹੈ, ਤਨ ਸੁਖ ਵਸਾਇਆ ਏ, ਰੋਗ ਗਵਾਏ ਹੈ ਆਪਣਾ, ਤਾਂ ਨਾਨਕ ਵੈਦ ਸਦਾਏ। ਗੁਰੂ ਅੰਗਦ ਦੇਵ ਜੀ ਕਹਿੰਦੇ ਰੋਗ ਗਵਾਏ ਹੈ ਆਪਣਾ, ਕਹਿੰਦੇ ਅੰਦਰ ਤੇ ਰੋਗ ਵੈਦ ਤੇਰੇ ਆਪਣੇ ਅੰਦਰ ਵੀ ਪਿਆ ਭਰਿਆ, ਵਿਕਾਰਾਂ ਦੇ ਰੋਗ ਭਰੇ ਪਏ ਆ। ਜੇ ਤੂੰ ਆਪਣੇ ਰੋਗਾਂ ਦੇ ਉੱਤੇ ਕੰਮ ਕਰੇ, ਤੂੰ ਆਪਣੇ ਅੰਦਰ ਨੂੰ ਝਾਤੀ ਮਾਰੇ, ਆਪਣੇ ਅੰਦਰ ਨੂੰ ਵੇਖੇ ਔਰ ਆਪਣੇ ਰੋਗਾਂ ਨੂੰ ਦੂਰ ਕਰੇ, ਤਾਂ ਨਾਨਕ ਵੈਦ ਸਦਾਏ, ਤਾਂ ਤੂੰ ਅਸਲ ਵੈਦ ਹੋ ਸਕਦਾ। ਬਾਹਰੀ ਤੌਰ 'ਤੇ ਜੇ ਦਵਾਈ ਲੈ ਲਈ, ਬੱਟੀ ਖਾ ਲਈ, ਥੋੜ੍ਹਾ ਜਿਹਾ ਠੀਕ ਹੋ ਗਿਆ, ਇਹਨੇ ਇਲਾਜ ਥੋੜ੍ਹਾ ਕਰਨਾ, ਇਹਨੇ ਕਿਸੇ ਹੋਰ ਜਗ੍ਹਾ 'ਤੇ। ਜਿੰਨੀਆਂ ਵੀ ਦਵਾਈਆਂ ਖਾਂਦੇ ਹਾਂ ਅਸੀਂ, ਜੋ ਮਰਜ਼ੀ ਖਾ ਲਓ, ਉਹਦਾ ਕੋਈ ਨਾ ਕੋਈ, ਭਾਵੇਂ ਲੱਖ ਕਹਿ ਲਏ ਡਾਕਟਰ ਵੀ, ਇਹਦਾ ਕੋਈ ਸਾਈਡ ਇਫੈਕਟ ਨਹੀਂ, ਉਹਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਹੋਵੇ ਸਾਈਡ ਇਫੈਕਟ ਜ਼ਰੂਰ ਹੈ, ਕਿਤੇ ਨਾ ਕਿਤੇ ਜਾ ਕੇ। ਅੱਜ ਨਹੀਂ ਪਤਾ ਲੱਗਦਾ, ਹੋ ਸਕਦਾ 50 ਸਾਲਾਂ ਬਾਅਦ ਪਤਾ ਲੱਗੇ, ਹੋ ਸਕਦਾ ਬਜ਼ੁਰਗੀ 'ਚ ਪਤਾ ਲੱਗੇ ਖਾਧੀਆਂ ਹੋਈਆਂ ਚੀਜ਼ਾਂ। ਅਤੇ ਜਿਵੇਂ ਖੁਰਾਕ, ਸਿਆਣੇ ਕਹਿੰਦੇ ਖਾਧੀਆਂ ਖੁਰਾਕਾਂ ਬਾਅਦ 'ਚ ਕੰਮ ਆਉਂਦੀਆਂ ਨੇ ਨਾ, ਅਤੇ ਇਸੇ ਤਰੀਕੇ ਕੋਈ ਗੋਲੀ ਦਵਾਈ ਬੂਟੀ ਖਾਓ, ਉਹਦਾ ਵੀ ਬਾਅਦ 'ਚ ਪਤਾ ਲੱਗਦਾ। ਇਸੇ ਤਰੀਕੇ ਮਹਾਰਾਜ ਜੀ ਕਹਿੰਦੇ ਕੋਈ ਇਸ ਤਰ੍ਹਾਂ ਦਾ ਵੀ ਹੋਵੇ ਇਲਾਜ ਜਿਹਦੇ ਨਾਲ ਰੋਗ ਇਹ ਨਾ ਲੱਗਣ। ਗੁਰੂ ਸਾਹਿਬ ਨੇ ਤਾਂ ਸਾਨੂੰ ਇਹ ਚੀਜ਼ਾਂ ਦਿੱਤੀਆਂ ਨੇ, ਵੈਸੇ ਸਾਦਾ ਖਾਣਾ, ਸਾਦਾ ਪਹਿਨਣਾ, ਸਾਦਾ ਰਹਿਣਾ, ਇਹ ਵੀ ਕਮਾਲ ਦੀ ਗੱਲ ਹੈ। ਸਾਦਾ ਖਾਣਾ, ਸਾਦਾ ਪਹਿਨਣਾ, ਸਾਦਾ ਰਹਿਣਾ, ਸਾਦਾ ਬੋਲਣਾ ਚੱਲਣਾ, ਸਾਦਗੀ, ਨਾ ਮਾੜਾ ਬੋਲੋ, ਨਾ ਮਾੜਾ ਖਾਓ, ਨਾ ਮਾੜਾ ਪਹਿਨੋ, ਇਸ ਤਰ੍ਹਾਂ ਦਾ ਪਹਿਨੋ ਜਿਹਦੇ ਨਾਲ ਸਰੀਰ ਢੱਕਿਆ ਰਹੇ ਮੌਸਮ ਅਨੁਸਾਰ। ਇਸ ਤਰ੍ਹਾਂ ਦਾ ਖਾਓ, ਭੁੱਖ ਲੱਗੀ ਹੈ ਜਿਹਦੇ ਵਿੱਚ ਥੋੜ੍ਹੀ ਜਿਹੀ ਭੁੱਖ ਰਹੇ, ਢਿੱਡ 'ਚ ਥੋੜ੍ਹੀ ਜਿਹੀ ਥਾਂ ਹੋਵੇ ਇੱਧਰ ਉੱਧਰ ਹਿੱਲਣ ਨੂੰ, ਇੱਦਾਂ ਨਾ ਹੋਵੇ ਜਿਵੇਂ ਉਹ ਮਹਾਂਪੁਰਸ਼ ਸੁਣਾਉਂਦੇ ਸਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਉਹਨਾਂ ਦੀ ਕਥਾ ਗੁਰੂ ਗ੍ਰੰਥ ਸਾਹਿਬ ਦੀ ਮੈਂ ਸੁਣ ਰਿਹਾ ਸੀ। ਉਹਦੇ ਵਿੱਚ ਇੱਕ ਉਹਨਾਂ ਨੇ ਬੜੀ ਕਮਾਲ ਦੀ ਇੱਕ ਸਾਖੀ ਸੁਣਾਈ, ਕਹਿੰਦੇ ਇੱਕ
पंडित सी कोई, जिमें दिन चलते श्राद्धां दे विच लोकां दे घर खाई जाए, कदे किसे दे खा ले, कदे किसे दे खा ले, जिहदे खावे 10 रुपए दे, जिहदे खावे 5 दे, खाई जाए। ते हुण इन्ना खा लिया पंडित तो तुरिया ना जावे, इन्ना खा लिया पंडित तो तुरिया ना जावे, उहनूं चक के छड के आने वाली गल सी। पंडित उत्थे बैठा बैठा उहदे अपने जिहड़ा उहदा श्रद्धालु सी उहदे इन्ना क औखा होया, उहनूं कहिंदा वी मेरे तों तां हुण तुरिया नहीं जाणा, कई घरां दे खा लिया, वी मैनूं तां हुण छड के आउणा पैणा तुहानूं। उह कहिंदा कोई नहीं पंडित जी, कोई गल नहीं, इस तरीके इदां दी कोई गल नहीं, असीं मेरे कोल आ लो, इक पाउडर हैगा मेरे कोल फक्की कह लैंदे अपने पंजाबी च, मेरे कोल इक फक्की है, उहनूं खा लो तुसीं ते तुहाडा ढिड ठीक हो जाऊ। पंडित कहिंदा बावे तेरे, जे कहिंदा फक्की खाण जोगी जगह ढिड च हुंदी मैं खीर ना होर खा लैंदा, जे इस तरीके दा खाना पीना होएगा तो जरूर रोगी होवांगे। कोई सानू गुरु साहब ने इस तरीके दी खाण दी गल आखी, थोड़ा जिहा लोड़ अनुसार खाओ, जिन्नी क लोड़ आ उन्ना खा लो। एक हिस्सा जे 4 प्रशादियां दी 3 दी भुख है तो 2.5 खाओ, थोड़ा जिहा थोड़ी जी गुंजाइश रखो। अगर सादा खाओगे बहुते ज़्यादा गर्म ना खाओ, बहुत ज़्यादा तप तन ना खाओ। ग्रंथां 'च लिखा तप तन प्रीत हुंदी, जिहड़ी तमोगुणी विरति दा प्रतीक हुंदा है, और रोग शरीर नूं भज्जे आउंदे है। नॉर्मल जिहड़ा हुंदा बिल्कुल इदां नहीं भी ठंडा भी फ्रिज 'च लग्गिया भी नहीं, सिंपल जिहा खाओ, सादा खाओ, लोड़ अनुसार खाओ, घट खाओ, हल्का खाओ, बस। अगर इस तरीके नाल रहांगे तो रोग दूर हो जाएंगे। ये है बाहरी रोगों का, अंदरले रोगों का तो इको एक तरीका है, वह है गुरु का शब्द। गुर का शब्द रखवारे, चौकी चौगिर्द हमारे, राम नाम मन लागा, राम नाम मन लागा, जम लज्जा ए कर पागा। जम दूत भी भज जाएंगे, अंदरले जिहड़े काम क्रोध लोभ अहंकार ये भी नठ जाएंगे। इस करके गुरु अंगद देव जी कहन लगे, कहिंदे अवैद रोग गवाए हैं आपना, ता नानक वैद सदाए, वैद ता तां खवा। जे तू अपने अंदर दे रोग नूं गवा सकदा है ते कादी तेरी वैदगी, अंदर रोगां नाल भरिया पिया, अंदर पापां नाल भरिया पिया, ते वैद है ते वैद नहीं है, तू ते मरीज है। महाराज कहिंदे वह वैद भी फिर गुरु अंगद देव जी के चरणी लगा तो सिख हुआ। पौड़ी ब्रह्मा विष्णु महेश देव उपाया, पौड़ी विच गुरु नानक देव साहिब महाराज सच्चे पातशाह अकाल पुरख वाहिगुरु, जो कुल दुनिया का मालक है, सब तो बड़ा है, जिस दे हुकम विच सब कुछ चल रहा है, उहदे हुकम की गल कर रहे, हुक्म ही किड्डा है। ब्रह्मा विष्णु महेश देव उपाया, दुनिया दे विच साडे देश विच 3 देवत्यां दी बहुत ज़्यादा गल हुंदी है, ब्रह्मा विष्णु अते महेश्वर। जिहनी ब्रह्मदेव विष्णु देव अते महादेव जी नूं शिवजी महाराज कहिंदे हन, भोले शंकर, उहनां दी गल कीती जांदी है। महाराज कहिंदे जिहड़ा ब्रह्मा जी हन जां विष्णु जी हन जां महादेव जी हन जां जिन्ने देवते हन, जां देव है जिहड़ा ब्रह्मा विष्णु महेश देव उपाय, देव है जिहड़ा, इहनूं इउं कर लो कि अनवे रीति दे नाल तिन्नां दे नाल लग जाएगा, ब्रह्मा देव विष्णु देव महादेव महेश देव उपाय, जां जिन्ने भी देवते है छोटे तो लैके वड्डे तक 33 कोटी जिन्ने भी इह देवते है। ते महाराज कहन लगे, कहिंदे ये सारे दे सारे देवते उपाया रब ने पैदा किए है, उहदे बनाए हुए है। जे कोई देवते हन भी, अगर किसी पुरी विच उन्हां दा वासा भी है, तां भी गुरु जी कहिंदे भी वड्डे तो वड्डे देवते भी परमात्मा दी पैदाइश ने, अपने आप उन्हां दी कोई होंद हस्ती नहीं कि अपने आप तो हन हो ना। कोई देवता आखे भी मैं वड्डा हाँ,
ਜਾਂ ਕਿਸੇ ਦੇਵਤੇ ਨੂੰ ਰੱਬ ਦੇ ਬਰਾਬਰ ਰੱਖ ਕੇ ਤਸ਼ਬੀਹ ਦੇਈਏ, ਨਾ ਐਸਾ ਨਹੀਂ ਹੈ। ਤੁਸੀਂ ਵੇਖੋ ਕਈ ਵਾਰ ਨਾ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹ ਫਿਰ ਕਈ ਚੀਜ਼ਾਂ ਨੂੰ ਫਿਰ ਕਹਿ ਲਓ ਕਿ ਗਲਤ ਤਰੀਕੇ ਨਾਲ ਲੈ ਜਾਂਦੇ ਔਰ ਉਹਨਾਂ ਨੂੰ ਕਿਸੇ ਗੱਲ ਇੱਕ ਦੂਜੇ ਦੇ ਪਿੱਛੇ ਭੇਡਾ ਚਾਲ ਜੀ ਬਣੀ ਹੁੰਦੀ। ਤੁਸੀਂ ਹਿੰਦੂ ਸਮਾਜ ਵਿੱਚ ਵੀ ਵੇਖੋ ਜਦੋਂ ਕਿਤੇ ਪੂਜਾ ਦੇ ਦਿਨ ਆਉਂਦੇ, ਗਣੇਸ਼ ਪੂਜਾ ਦੇ ਦਿਨ ਆਉਂਦੇ, ਦੇਵੀ ਪੂਜਨ ਦੇ ਦਿਨ ਆਉਂਦੇ, ਉਹਦੇ ਇੱਕ ਬੜੀ ਬਰੀਕੀ ਨਾਲ ਦੇਖਣ ਵਾਲੀ ਚੀਜ਼ ਹੈ। ਮੈਨੂੰ ਕਿਸੇ ਬਹੁਤ ਵੱਡੇ ਵਿਦਵਾਨ ਸੱਜਣ ਨੇ ਗੱਲ ਦੱਸੀ ਸੀ, ਮੇਰੇ ਦਿਮਾਗ ਨੂੰ ਬੜੀ ਉਹ ਕਮਾਲ ਦੀ ਲੱਗੀ ਗੱਲ। ਉਹਨਾਂ ਮੈਨੂੰ ਦੱਸਿਆ, ਕਹਿੰਦੇ ਦੇਖੋ ਵੀ ਪੁਰਾਤਨ ਸਮੇਂ ਵਿੱਚ ਜਦੋਂ ਵੈਦਿਕ ਕਾਲ ਜਾਂ ਵੇਦ ਦੀ ਗੱਲ ਕਰੀਏ, ਉਹਦੇ 'ਚ ਕਰਮ ਉਪਾਸ਼ਨਾ ਗਿਆਨ ਦੀ ਗੱਲ ਚੱਲਦੀ ਹੈ। ਲਾਸਟ ਹੈ ਜਿਹੜਾ ਉਹ ਗਿਆਨ ਹੈ ਵੇਦ ਦਾ। ਅਗਰ ਉਪਨਿਸ਼ਦਾਂ ਨੂੰ ਪੜ੍ਹੀਏ, ਜਿਹੜੀਆਂ ਉਪਨਿਸ਼ਦਾਂ ਨੇ ਹਿੰਦੂ ਮਤ ਦੀਆਂ, ਉਪਨਿਸ਼ਦਾਂ ਵਿੱਚ ਤਾਂ ਕੇਵਲ ਬ੍ਰਹਮ ਦੀ ਗੱਲ ਹੈ, ਰੱਬ ਦੀ ਗੱਲ ਹੈ, ਕੋਈ ਦੂਜੀ ਗੱਲ ਹੀ ਨਹੀਂ ਹੈ। ਉਪਨਿਸ਼ਦ ਸ਼ੁਰੂ ਹੈ ਓਅੰਕਾਰ ਤੋਂ ਹੁੰਦੀ ਆ, ਔਰ ਉਪਨਿਸ਼ਦ ਵਿੱਚ ਬਿਲਕੁਲ ਕਿਤੇ ਕਰਮਕਾਂਡ ਦਾ ਕੋਈ ਜ਼ਿਕਰ ਨਹੀਂ। ਪੁਰਾਣਾਂ ਦੇ ਵਿੱਚ ਦੇਵਤਿਆਂ ਦਾ ਜ਼ਿਕਰ ਬਹੁਤ ਆਉਂਦਾ, ਜਿਹੜੇ ਮਰਜ਼ੀ ਪੁਰਾਣ ਨੂੰ ਚੱਕ ਲਓ, ਥੋੜ੍ਹਾ ਜਿਹਾ ਵਿਸਥਾਰ ਨਾਲ ਗੱਲ ਹੈ, ਉਪਾਸ਼ਨਾ ਦੀ ਗੱਲ ਹੈ, ਕਰਮ। ਅਤੇ ਵੇਦਾਂ ਦੇ ਵਿੱਚ ਫਿਰ ਬਹੁਤ ਤਰ੍ਹਾਂ ਦੇ ਮੰਤਰ ਆਉਂਦੇ, ਉਹਦੇ ਵਿੱਚ ਵੈਦਿਕ ਪ੍ਰਕਿਰਿਆ ਵੀ ਆਉਂਦੀ ਆ, ਉਹਦੇ 'ਚ ਕਰਮ ਦੇ ਵੀ ਆਉਂਦੇ, ਉਪਾਸ਼ਨਾ ਦੇ ਵੀ, ਰਹੋ ਵਿਚਾਰ। ਪਰ ਉਹਨਾਂ ਨੇ ਜਿਹੜੀ ਗੱਲ ਆਖੀ, ਕਹਿੰਦੇ ਜਦੋਂ ਹਿੰਦੂ ਮਤ ਨੂੰ ਵੇਖਦੇ ਹਾਂ, ਇਹਦੇ ਵਿੱਚ ਜਿਹੜੀ ਮੂਰਤੀ ਪੂਜਾ ਜ਼ਿਆਦਾਤਰ ਜਦੋਂ ਬੁੱਧ ਮਤ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਜ਼ਿਆਦਾ, ਉੱਥੋਂ ਥੋੜ੍ਹੀ ਜਿਹੀ ਜ਼ਿਆਦਾ ਹੋ ਗਈ ਸ਼ੁਰੂ। ਉਂਝ ਸਨਾਤਨ ਮਤ ਸੀ ਜਿਹੜਾ, ਉਹ ਅਹੰ ਬ੍ਰਹਮ ਅਸਮੀ ਵੇਦ ਵਾਕ ਹੈ, ਵੀ ਪਰਮਾਤਮਾ ਮੈਂ ਹੀ ਹਾਂ, ਮੇਰੇ ਅੰਦਰ ਹੈ ਜਿਹੜਾ ਬੈਠਾ। ਜਾਂ ਦੂਜਾ ਵੇਦ ਵਾਕ ਹੈ ਤੱਤਵਮਸੀ, ਜਿਹਦਾ ਅਰਥ ਹੈ ਤੱਤ, ਤਵਮ ਅਤੇ ਅਸ, ਜੀਵ, ਈਸ਼ਵਰ ਅਤੇ ਬ੍ਰਹਮ, ਇਹਨਾਂ ਦੇ ਵਿਚਾਰ। ਇਸ ਤਰੀਕੇ ਦੇ ਨਾਲ ਇਹ ਜਿਹੜੇ ਚਾਰ ਵੇਦ ਨੇ, ਚਾਰਾਂ ਦੇ ਹੀ ਵੇਦ ਵਾਕ ਜਦੋਂ ਪੜ੍ਹਾਂਗੇ, ਉਹਨਾਂ ਦਾ ਉਹ ਚਾਰ ਵੱਡੇ ਵੇਦਾਂ ਦੇ ਜਿਹੜੇ ਮਹਾਂਵਾਕ ਹਨ, ਚਾਰ ਮਹਾਂਵਾਕ, ਚਾਰ ਵੇਦਾਂ ਦੇ ਮਹਾਂਵਾਕ ਕੇਵਲ ਜੀਵ, ਈਸ਼ਵਰ, ਪਰਮਾਤਮਾ ਦੀ ਗੱਲ ਕਰਦੇ ਆ, ਤੀਜੇ ਦੀ ਕਿਸੇ ਦੀ ਨਹੀਂ ਕਰਦੇ। ਅਤੇ ਜਦੋਂ ਅਸੀਂ ਇਹਨਾਂ ਦੀਆਂ ਰੀਤੀਆਂ ਰਿਵਾਜ਼ਾਂ ਨੂੰ ਵੀ ਵੇਖਦੇ ਸਨਾਤਨ ਹਿੰਦੂ ਮਤ ਦੀਆਂ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਆਉਂਦੀਆਂ, ਦੇਖੋ ਮੂਰਤੀ ਲਿਆਉਂਦੇ ਆ, ਸਥਾਪਨ ਕਰਦੇ ਆ ਕਿਤੇ, ਜਦੋਂ ਕੋਈ ਦੁਸ਼ਹਿਰਾ ਹੁੰਦਾ ਹੈ ਜਾਂ ਕੋਈ ਥੋੜ੍ਹੇ ਦਿਨ ਮੂਰਤੀ ਰੱਖਦੇ, ਫਿਰ ਉਹ ਮੂਰਤੀ ਨੂੰ ਕਿਸੇ ਪਾਣੀ 'ਚ ਵਹਾ ਆਉਂਦੇ ਆ। ਤੁਸੀਂ ਵੇਖੋਗੇ ਇਕੱਠੇ ਹੋ ਕੇ ਜਾਣਗੇ, ਪਾਣੀ 'ਚ ਵਹਾ ਦੇਣਗੇ। ਉਹਦੇ ਪਿੱਛੇ ਇੱਕ ਬੜਾ ਲੌਜਿਕ ਹੈ, ਇੱਕ ਬੜੀ ਤਕੜਾ ਪੁਆਇੰਟ ਹੈ, ਵੀ ਮੂਰਤੀ ਜੇ ਤੂੰ ਰੱਖ ਲਈ, ਥੋੜ੍ਹੇ ਟਾਈਮ ਬਾਅਦ ਹੈ, ਬਾਅਦ 'ਚ ਇਹਨੂੰ ਵਿਸਰਜਨ ਕਰਨਾ, ਕਿਉਂਕਿ ਮੂਰਤੀ 'ਤੇ ਨਹੀਂ ਖੜਨਾ। ਮੂਰਤੀ ਸਦੀ ਵੀ ਨਹੀਂ ਹੈ, ਇਹਨੂੰ ਅੱਗੇ ਤੁਰਨਾ ਤੋਂ ਅੱਗੇ, ਤਾਂ ਖੁਦ ਆਪਣੇ ਹੱਥੀਂ ਮੂਰਤੀ ਦੀ ਵੀ ਸਤਿਕਾਰ ਨਾਲ, ਐਂ ਨਹੀਂ ਬੇਅਦਬੀ ਨਾਲ ਉਹ ਕਰਦੇ, ਮੂਰਤੀ ਨੂੰ ਵੀ ਕਿਸੇ ਚੱਲਦੇ ਪਾਣੀ 'ਚ ਵਹਾ ਦਿੰਦੇ ਆ, ਚੱਲਦੇ ਪਾਣੀ ਦੇ ਵਿੱਚ ਥੋੜ੍ਹਾ ਸਮਾਂ ਮੂਰਤੀ ਦੇ ਉੱਤੇ ਵੀ ਖੜ੍ਹਦੇ ਆ, ਧਿਆਨ ਇਤਿਆਦ ਕੋ ਕਰਦੇ ਆ, ਪਰ ਉਸ ਤੋਂ ਬਾਅਦ ਮੂਰਤੀ ਦੀ ਥਾਂ ਵੀ ਖਾਲੀ ਕਰ ਲੈਂਦੇ, ਉਹ ਜਿਹੜਾ ਨਿਰਗੁਣ ਹਰ ਜੁਗਾਂ ਵਿਆਪਕ ਹੈ ਉਹਦੇ ਨਾਲ ਜੁੜਨ ਦੀ ਗੱਲ ਹੈ। ਪਰ ਕੌਣ ਸਮਝਾਵੇ, ਕਿਹੜਾ ਮੁੱਲ ਲਵੇ ਝਗੜੇ? ਐਂ ਤਾਂ ਸਮਝਾਇਆ ਨਹੀਂ ਜਾਣਾ ਕਿਸੇ ਦੇ ਧਰਮ ਨੂੰ ਨਿੰਦ ਕੇ, ਤੁਸੀਂ ਆਹ ਕਰਦੇ, ਤੁਸੀਂ ਲੋਕਾਂ ਨੂੰ ਧੱਕੇ ਮਾਰਦੇ, ਤੁਸੀਂ ਦੁੱਧ ਪਿਲਾ, ਇਹ ਥਿਊਰੀ ਨਹੀਂ ਹੈ ਗੁਰੂ ਬਾਬਾ ਜੀ ਦੀ। ਇੱਦਾਂ ਨਿੰਦਿਆ ਨਾਲ ਕਿਸੇ ਮਰਜ਼ੀ ਬੰਦੇ ਦੀ ਤੁਸੀਂ ਨਿੰਦਿਆ ਕਰ ਦਿਓ, ਸਮਝ ਨਹੀਂ ਸਕਦਾ, ਭਾਵੇਂ ਤੁਹਾਡਾ ਬੱਚਾ ਵੀ ਹੋਵੇ। ਇੰਨੀ ਅਕਲ ਤਾਂ ਸਾਨੂੰ ਹੋਣੀ ਚਾਹੀਦੀ ਹੈ, ਤੁਸੀਂ ਤੁਹਾਡੇ ਬੱਚੇ ਨੂੰ ਵੀ ਗੁੱਸੇ ਨਾਲ ਕੋਈ ਗੱਲ ਕਹਿ ਦਿਉ, ਲਾ ਕੇ ਗੱਲ ਕਹਿ ਦਿਉ, ਉਹ ਵੀ ਸਮਝਦਾ, ਉਹ ਨਹੀਂ ਸਮਝਦਾ ਵੀ ਇਹ ਕਿੱਥੋਂ ਗੱਲ ਕਰਦਾ। ਕਿਸੇ ਨੂੰ ਸਮਝਾਇਆ ਜਾ ਸਕਦਾ, ਗਲ ਵੱਕੜੀ 'ਚ ਲੈ ਕੇ ਉਹਦੇ ਬਰਾਬਰ ਖੜ੍ਹ ਕੇ ਉਹਦੇ ਬਰਾਬਰ ਕੋਈ ਚੀਜ਼ ਖੜ੍ਹੀ ਕਰ ਦਿਉ ਵੀ ਆਹ ਕਰ ਲੈ, ਇਉਂ ਜੀਵਨ ਜਿਉਂ ਜਾ ਸਕਦਾ। ਤੁਸੀਂ ਅਗਲੇ ਨੂੰ ਨਿੰਦ ਕੋਈ ਗੱਲ ਕਰੋਗੇ, ਨਹੀਂ ਮੰਨੇਗਾ ਕੋਈ ਇਹ ਭਰਾਵੋ, ਇਹ ਨੀਤੀ ਗਲਤ ਹੈ, ਸਮਾਜ 'ਚ ਰੌਲੇ ਪੈਂਦੇ ਆ, ਝਗੜੇ ਪੈਂਦੇ ਆ। ਅਤੇ ਅਸੀਂ ਕਹਾਂਗੇ ਜੀ ਅਸੀਂ ਸੱਚ ਬੋਲਦੇ, ਸੱਚ ਸ਼ਬਦ ਦਾ ਮਤਾ ਪਤਾ ਤੁਹਾਨੂੰ, ਸੱਚ ਬੋਲਣ ਦਾ ਤਰੀਕਾ ਕੀ ਹੈ? ਕਦੇ ਤੁਸੀਂ ਪੜ੍ਹਿਓ ਸਾਰ ਕਿਤਾਬਲੀ, ਉਹਦੇ ਵਿੱਚ ਸੱਚ ਬੋਲਣ ਦੇ ਤਿੰਨ ਤਰੀਕੇ ਦੱਸੇ, ਸ਼ਬਦ ਮਤ, ਸ਼ਬਦ ਕਿਵੇਂ ਬੋਲਣਾ ਕਿਵੇਂ ਨਹੀਂ। ਕਿਉਂਕਿ ਇਹਨਾਂ ਲਿਖਾਰੀਆਂ ਨੂੰ ਕੱਖ ਦਾ ਪਤਾ ਨਹੀਂ, ਇਹਨਾਂ ਗਾਇਕਾਂ ਨੂੰ ਕਾਸੇ ਦਾ ਪਤਾ ਨਹੀਂ, ਇਹ ਵਪਾਰੀ ਤਰ੍ਹਾਂ ਦੇ ਲੋਕ ਇਕੱਠੇ ਹੋਏ ਆ, ਦੂਜਿਆਂ ਨੂੰ ਮਤਾਂ ਦੇਣ ਲੱਗ ਜਾਂਦੇ, ਇਹਨਾਂ ਨੂੰ ਕਾਸੇ ਦਾ ਪਤਾ ਨਹੀਂ ਹੈ। ਇਹਨਾਂ ਦੇ ਪਿੱਛੇ ਲੱਗ ਕੇ ਝਗੜੇ ਨਾ ਖੜ੍ਹੇ ਕਰਿਓ, ਗੱਲ ਕਰਨੀ ਪ੍ਰੇਮ ਦੀ ਕਰੋ, ਗੱਲ ਕਰਨੀ ਮੁਹੱਬਤ ਦੀ ਕਰੋ। ਬਥੇਰੇ ਐਸੇ ਲਿਖਾਰੀ ਹੋਏ ਆ,
हज भी है जिन्हां नूं सुन के रूह नूं सुकून आ जांदा है। ऐसे गायक है जदों गाउंदे आ ते इउं लगदा है वी सिद्धा साईं नाल परमात्मा नाल तार जोड़ दित्ती। सिखो उन्हां तों कुछ, सारे माड़े नहीं पर उन्हां तों कुछ सिक्ख्या लई जा सकदी है। गुरबाणी ने भी उस तरीके की गल की है। देखो हुण कहिंदे ब्रह्मा विष्णु महेश देव उपाया। ब्रह्मा हो गए, विष्णु जी हो गए, महेश्वर जी हो गए, देवते मानते ने इन्हों, ठीक है, पर महाराज कहिंदे इन्हों भी किसी ने पैदा किया। वो कौन है? परमात्मा। ब्रह्मे दिते वेद पूजा लाया। ब्रह्मदेव नूं वेद दिते, जानी वेद उच्चारण का, वेद उच्चारण की सेवा लाई, उन्हें वेद कंठ उच्चारण कर दते, ते उन अगों फिर वेदां दी पूजा विच ला दिता। दुनिया नूं दस अवतारी, राम राजा आया, दस अवतारी राम राजा आया। दस अवतार हिंदुआं दे वैसे तां 24 अवतार ने, पर उन्हां दे विचों दस ऐसे मुख अवतार बने हैं जिन्हां नूं मानदे कि विष्णु जी दा अवतार है। महाराज कहिंदे, गुरु नानक देव साहिब कहिंदे, दस अवतार वड्डे मनदे जिन्हां विचों राम जी ते आदिक, कृष्ण जी ते आदिक ला लो राजा बन के आए। दैता मारे ताए हुक्म सवाया। पर जदों ओ इतिहास नूं पढ़दे आ उहदे विच वी इही गल आउंदी है, नेकी अते बदी दा जंग हुंदा है। राम जी कृष्ण जी रावण नूं जां कंस नूं मारदे, क्यों? उन्हां दे अंदर बदी है, उन्हां दे अंदर बुराई है, बुराई नूं मारना है। अज कोई इंसान बुराई नूं मार ले, राम जी किते चले थोड़ा गए भी उदों जिस वेले अयोध्या विच सी उदों ही राम जी सी। अज अपने अंदरले रावण नूं मारो, तुहाडे अंदर उही राम बैठा, तुसीं खुद हो राम हो। अज अपने अंदर क्रोध रूपी विकारां रूपी कंस नूं मारो, अज तुहाडे अंदर उह कृष्ण प्रगट है। नावां दा फर्क है। अज औरंगजेब दी कह लो कि सल्तनत, उहदे जिहड़े उहदे गलत नीतियां ने उहदा विरोध करो, अज तुहाडे अंदर गुरु गोबिंद सिंह महाराज दी अंश है। सतगुरु जी कहिण लगे, कहिंदे दैता मारे ताए हुक्म सबाया। दैंता नूं मारिया उहने, उहनां ने ये सारयां दे विच उहदा हुक्म वरत रिहा। ईस महेश्वर सेव तिन्नी अंत न पाया। कहिंदे ईश महेश्वर सेव, ईश्वर महेश्वर, महेश्वर फिर शिव दे 11 अवतार मन्ने आ। कहिंदे उन्हां दी 11 अवतारां दी सेवा करी जांदे, पर अंत किसे ने नहीं रब दा पाया। कोई आखे जी वड्डे तो वड्डा देवता, आपो अपनी थां है, सब दा सत्कार है, वड्डे दा भी छोटे दा भी है, पर जे गल करिए परमात्मा दी, रब दी, ते रब दा किसे अंत नहीं पाया। रब सब तो वड्डा, सब तो वड्डा जेकर है तो रब है। हर किसी की आपो अपनी थां है, पर जे वड्डे की गल करिए तो फिर रब वड्डा तो रब है, ठीक है। सारे आपो अपनी, एक नेपोलियन की जीवन की आँदी, नेपोलियन एक दिन खड़ा तो नेपोलियन अपनी लाइब्रेरी के विचों किताब चक्कन लगा। नेपोलियन का जिहड़ा कद छोटा सी, बहुत लम्मा नहीं सी, उहदे पिछे एक जवान खड़ा सी फौज का। उन्हें बड़े प्यार नाल आख्या, उन्हें देखिया भी तो किताब नहीं चुकी जाती, कहिंदा महानुभाव, सत्कार योग सत्कार दिता उन्हें भी, जे तू मैनू आग्या देवें मैं ये किताब कट चक के तेनू दे देवां। नाल उन्हें आख्या, कहिंदा भी मैं तेरी फौज च सब तो उच्चा। उन्हें नाल दी नाल आख्या, कहिंदा तू उच्चा नहीं है, तेरे शब्द गलत ने, तू लम्मा है। कहिंदा भी यू आर नॉट ए हायर, यू आर लोंग, तू रोंग है, इत्थे गलत है, तू हायर नहीं है, सब तो उच्चे तो तेरे तो बथेरे अहुदियां वाले है, उत्ते तो उत्ते पए है, लम्मा हो सकदा। ये तरीकियां नूं असीं समझणा है, सब दी आपो अपनी थां है, सत्कार है, पर जे उच्चे दी गल करिए ते वड्डा साहिब उच्चा थां, उच्चे उपर उच्चा नाउ, साहिब वड्डा है, उहदा थां उच्चा है, उहदा नाम उच्चा है, वह आप उच्चा है, बाकी सारे दी आपो अपनी थां है। सच्ची कीमत पाए
महाराज कहिंदे हन सच्ची कीमत पाए तख्त रचाया, उन्हें सच की कीमत वह पाँदा है। वो वाहिगुरु ने अकाल पुरख ने तख्त पैदा किया है, तख्त जनी ये सत्संगत रूपी तख्त उन्हें बनाया है जिथे सच्चे नाम की कीमत पाई जा सके। दुनिया धंधा लाए आप छपाया, दुनिया नूं उन्हें धंधे ला के देखा कि धंधे लगी हुई है, काम कार लग रही है, आप छपाया अपने आप नूं उन्हें छपाया है। गुरु दे राही ही प्रगट हुंदा है। धर्म कराए कर्म धुरों फुरमाया, उन्हें धुरों ही हुक्म किया होया कि इन बंदियां दे कीते कर्मां नूं धर्म राजा नोटिस विच करे, ध्यान विच रखे, इन्हां दे कीते अनुसार इन्हां दा हिसाब किताब होवे। ये सब उस अकाल पुरख वाहिगुरु ने हुक्म दिता होया जो सब तो वड्डा है, सब दा मालक है, जो सब दुनिया दा पालनहार बनाउनहार ते अंत संघार करता है। गुरु जी कहिंदे उहनूं जाणीए तां साडे लोक सुखीए परलोक सुहेले हुंदे हन। यह गुरु साहिब जी ने शब्द अंदर बख्शिश कीती है। शब्द दी संपूर्णता है, समय दी समाप्ति है। आओ शस्त्र दर्शन अज गुरु जी दे